Assalamualaikum behan birawat nikke balo khush aamdeed tuhanu mere channel sarai ki funny cooking de vich te aaj itthan ke rasan bane de paise apni machhi asan 4 kilo mashallah machhi barwaiye se te sa itha ajwain ki diye se ajwain de vich thode thode dil han lengo asan chun ki de se te o chuni de na pehan wala asan kya kite se hun ek dho ki de se me ninan me ko dho dite te asan ral mil te apni machhi bariye se misale asan bane de paise te itha ke rasan apne suke daane hain ajwain hain te machhi ko asan saaf sutra karte dho ਕੀ ਦੇਸੇ ਤੇ ਜਿਹੜੇ ਸਾ ਬਣਵਾਉਣ ਗਏ ਸੇ ਮੱਛੀ ਤੇ ਉਹ ਢੇਰ ਸਾਰਾ ਸਾ ਕੋ ਲੂਣ ਬੁਰੇ ਕੀਤਾ ਅਸਾਂ ਮਤਲਬ ਤਾਂ ਕਿ ਹੁੰਦੀ ਜਿਹੜੀ ਗੰਦੀ ਬੋਏ ਮਰ ਵੰਜੇ ਤੇ ਉਹ ਡੇਢ ਘੰਟਾ ਮੱਛੀ ਲਾਤੀ ਰਹਿ ਗਈ ਹੁੰਦੇ ਉਹ ਬਾਅਦ ਅਸਾਂ ਮੱਛੀ ਕੋ ਧੋ ਕੇ ਦੇਸੇ ਇਤਾ ਕੇ ਅਸਾਂ ਆਪਣੇ 10 ਕਨੂ 15 ਜਿਹੜੇ ਨਮ ਨਬੋਏ ਘਿੰ ਤੇ ਹੁਣੇ ਕੋ ਨਿਪੜੀ ਦੇ ਪੈਸੇ ਤੇ ਇਹ ਸੋਹਣੀ ਜੀ ਖੂਬਸੂਰਤ ਦੀ ਮਸ਼ੀਨ ਅਗਰ ਤਾਂ ਕੋ ਚਾਹੀਦੀ ਹੈ ਤਾਂ ਮੈਂ ਕਨੂ ਕਹਿਣਾ ਮਿਲਸੀ ਆਨਲਾਈਨ ਮਿਲਸੀ ਤੁਸੀਂ ਬ੍ਰਾਈਮ ਮਿਹਰਬਾਨੀ ਆਨਲਾਈਨ ਮੰਗਵਾ ਗਿਨਾ ਹੈ ਠੀਕ ਹੈ ਮੇਰੇ ਬੇਨ ਬਿਰਾਵਤ ਨਿੱਕੇ ਬਾਲੋ ਇਥਾ ਮੇਰੇ ਨਿਨਾਨ ਨਬੋਏ ਨਿਪੜੇ ਦੀ ਖੜੀ ਹੈ ਤੇ ਮੇਰਾ ਜਿਹੜਾ ਪਾਏ ਉਹ ਜਿਹੜਾ ਹੈ ਅਦਰਕ ਮੇ ਕੋ ਕੋਟ ਤੇ ਦੇਣਾ ਖੜੇ ਧਕ 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 ਅੱਛਾ ਜੀ ਮਾਸ਼ਾਅੱਲਾ ਸਭ ਕੋਲੋਂ ਪਹਿਲੇ ਤੁਸੀਂ ਕੀ ਕਰਨੇ ਆਪਣੇ ਜਿਹੜਾ ਹੈ ਨਾ ਇਹ ਰਾਤ ਦੇ 10:30 ਵਜੇ ਦਾ ਟਾਈਮ ਹੈ ਤੇ ਗੈਸ ਇੱਥਾ ਕਰ ਗਿਆ ਪਿਆ ਇੱਥਾਂ ਕਿ ਮੇਰੇ ਜਿਹੜੇ ਭਰਾ ਨੂੰ ਉਹਨੇ ਮੇਰੇ ਕੋ ਚੁੱਲ੍ਹਾ ਸੈੱਟ ਕਰ ਦਿੱਤਾ ਉਹ ਬਾਡੂ 'ਚ ਸਿਲੰਡਰ ਵਾਲਾ ਪਾਏ ਕਨੂੰ ਮੰਦੇ ਖਾਧੀ ਖੜੀਆਂ ਮੈਂ ਉਹ ਆਖੇ ਪਹਿਲੇ ਇਹ ਬੁਣ ਰੱਖੇ ਆ ਤਾਂ ਕਿਆ ਹਾ ਤੇ ਇੱਥਾਂ ਕਿ ਰਸਾ ਆਪਣੀ ਅਜਵੈਣ ਸੁੱਕੇ ਦਾਣੇ ਅਤੇ ਜ਼ੀਰੇ ਕੋ ਪਹਿਲੇ ਬੁਣ ਗਿਨਸੂੰ ਬਿਲਕੁਲ ਥੋੜ੍ਹਾ 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 ਤੁਸਾਂ ਬੁਣਨੇ ਤੇ ਹੁਣੇ ਕੁਝ ਰਹਿਣਾ ਦਰਦਰਾ ਦਰਦਰਾ ਇਵੇਂ ਕੁੱਟ ਗਿਣਨੇ ਮਾਸ਼ਾਅੱਲਾ ਇਹ ਬੁਣੀ ਦੇ ਪੈਨ ਥੋੜ੍ਹਾ ਜਿਹਾ ਟਾਈਮ ਲੱਗ ਸੀ ਕਿਉਂਕਿ ਇਹ ਹਨ ਜ਼ਰੀਏ ਇੱਕ ਸਿੰਨ ਹੈ ਇੱਥਾਂ ਕਿ ਸਾਡੇ ਜ਼ੀਰਾ ਸਾਡੇ ਅਜਵੈਣ ਅਤੇ ਸਾਡੇ ਸੁੱਕੇ ਦਾਣੇ ਥੋੜ੍ਹੇ ਥੋੜ੍ਹੇ ਬੁਣੀ ਗਏ ਅਤੇ ਹੁਣ ਅਸਾਂ ਇੱਥਾਂ ਕਰ ਹੁਣੇ ਕੋ ਕੁੱਟੇ ਦੇ ਪੈਸੇ ਇਵੇਂ ਧਕ 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 ਬਿਲਕੁਲ ਦਰਦਰਾ ਦਰਦਰਾ ਕੁੱਟਣੇ ਅਤੇ ਜ਼ਿਆਦਾ ਪਿਸੀ ਪਿਸੀ ਨਾ ਕਰ ਰੱਖਾ ਹੈ ਦੇ ਗਿਨੋ ਮਾਸ਼ਾਅੱਲਾ ਸੁਬਾਨ ਅੱਲਾ ਇਵੇਂ ਬਿਲਕੁਲ ਹੀ ਹਿਸਾਬ ਦਾ ਹੋਵੇ ਜ਼ਿਆਦਾ ਨਾ ਮੋਟਾ ਹੋਵੇ ਅਤੇ ਨਾ ਜ਼ਿਆਦਾ ਪਿਸੀ ਪਿਸੀ ਇਹ ਸਾਡਾ ਮਿਸਾਲਾ ਬੁਣੀਜ ਗਏ ਅਤੇ ਕੁੱਟੀਜ ਗਏ ਇੱਥਾਂ ਕਿ ਥੋੜ੍ਹੀ ਜਿਹੀ ਮੇਥਰੀ ਗਿੱਧੀ ਅਸੀਂ ਸੁੱਕੀ ਮੇਥਰੀ ਗਿਣਨੀ ਹੈ ਥੋੜ੍ਹਾ ਜਿਹਾ ਲੂਣ ਗਿੱਧੇ ਸੇ ਅਤੇ 4 ਚਮਚ ਵੱਡੇ ਖਾਣ ਵਾਲੇ ਮਿਰਚਾਂ ਦੇ ਗਿੱਧੇ ਸੇ ਅਤੇ 2 ਵੱਡੇ ਚਮਚ ਹਨ ਲੂਣ ਦੇ ਠੀਕ ਹੈ ਅਤੇ 2 ਵੱਡੇ ਗੰਢੇ ਹਨ ਥੂਮ ਦੇ ਅਤੇ ਇੱਕ ਵੱਡਾ ਇਵੇਂ ਮਤਲਬ ਚਪੜਾ ਅੰਦਰ ਰੱਖਦਾ ਹਾਂ ਠੀਕ ਹੈ ਉਹਨੇ ਕੋ ਅਸਾਂ ਕੁੱਟ ਕੀਤੇ ਸੇ ਮਾਸ਼ਾਅੱਲਾ ਇੱਥਾਂ ਕਿ ਅਸਾਂ ਆਪਣੇ ਮਿਸਾਲ ਲਾ ਤੇ ਰੱਖ ਦਿੱਤੇ ਸੇ ਮੱਛੀ ਕੋ ਹਾਲੀ ਇਵੇਂ ਸੋਹਣੀ ਸੋਹਣੀ ਲੱਗਦੀ ਪਈ ਹੈ ਜਾਂ ਇਹ ਮੈਂ ਜਿਹੜੇ ਇੱਕ ਮਿਸਾਲ ਲਾਇਆ ਹਮ ਇਹਦੇ ਡਾਢੇ ਕੰਡੇ ਪੁੱਡਦਨ ਤੁਸਾਂ ਇਹ ਕਿਆ ਕਰਾਏ ਦਸਤਾਨੇ ਚੜ੍ਹਾ ਤੇ ਬਲਾ ਮਿਸਾਲ ਲਵਾਏ ਹੁਣ ਇੱਕ ਰਾਤ ਪੂਰਾ ਮਿਸਾਲ ਲਾ ਤੇ ਇੱਕ ਰੱਖ ਦੇਸੋ ਅਤੇ ਬਲਾ ਅਗਲੀ ਦੀਵਾਨ ਤਲੇ ਸੋ ਦੇਖੋ ਕਿਤਨੀ ਮਿਹਨਤ ਕਰੇ ਦੋ ਅਸਾਂ ਤੁਹਾਡੇ ਵਾਸਤੇ ਅਤੇ ਤੁਸਾਂ ਸਾਡੇ ਚੈਨਲ ਕੋ ਸਬਸਕ੍ਰਾਈਬ ਨਹੀਂ ਕਰੇ ਦੇ ਨਾ ਦੇ ਦਿਓ ਇਹ ਤਾਂ ਗਲਤ ਗੱਲ ਹੈ ਨਾ ਸਾਡੇ ਕੱਲ੍ਹ ਮੈਂ ਵੀਡੀਓ ਸੱਟ ਮੀ ਸਕੀ ਕਿਉਂਕਿ ਮੈਂ ਪਾਏ ਕਨੂੰ ਮੰਦੇ ਕਾਢੀ ਪਈ ਆਮੀ ਅਤੇ ਮੱਛੀ ਨਹੀਂ ਮੈਂ ਖਾਧੀ ਮੈਂ ਬਸ ਲਾਥੀ ਰਹਿ ਗਈ ਮੱਛੀ ਅਤੇ ਆਖੇ ਸੀ ਪਹਿਲੇ ਕਰ ਰੱਖਿਆ ਹੈ ਜ਼ਰਾ ਬਾਹ ਗਏ ਨਾ ਪਾਏ ਕਿਆ ਕਰੂੰ ਪਾਏ ਤਾਂ ਇਵੇਂ ਉਹਦੇ ਸਾਰਾ ਦਿਨ ਨੌਕਰੀ ਤੇ ਸ਼ੋਦੇ ਰਹਿ ਗਏ ਸ਼ਾਮ ਦਾ ਜ਼ਾਲ ਕੋਈ ਗਲਤੀ ਕਰੇ ਤੇ ਚਾਹ ਗਿੰਦਨ ਖਾਲਾ ਤੇ ਰੱਖ ਦਿੰਦਨ ਬਾ ਬੋਲ ਭਾਈ ਅੱਛਾ ਜੀ ਇਹ ਹੁਣ ਪਹਿਲੇ ਮੈਂ ਆਪਣਾ ਨਮਕ ਮਿਰਚਾਂ ਆਪਣੇ ਚੈੱਕ ਕਰੇਂਦੀ ਪਈ ਆਮੀ ਅਤੇ ਇੱਕ ਮੈਂ ਪੀਸ ਜਿਹੜਾ ਚਾਹ ਅਤੇ ਉਹ ਤਲ ਗਿਦੇ ਮੀ ਅਤੇ ਮਾਸ਼ਾਅੱਲਾ ਇਹ ਤਾਂ ਇੱਕ ਪੀਸ ਇਵੇਂ ਚਾਹ ਅਤੇ ਇਹ ਅੰਦਰ ਨਹੀਂ ਪਿਆ ਮੈਂ ਇੱਕ ਉਹਨੂੰ ਇਵੇਂ ਪਿਤਕਦਾ ਵੇਂਦੇ ਪਿਤਕਦਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਬਿਲਕੁਲ ਹੱਥ ਨਾਲ ਨਹੀਂ ਚਾਹੁੰਦਾ ਤੁਸੀਂ ਚਮਚੇ ਨਾਲ ਹੱਥ ਨਾਲ ਚੈਸੋ ਅਤੇ ਉਹ ਬਿਲਕੁਲ ਤੁਹਾਡੀ ਮੱਛੀ 'ਚ ਹਵਾ ਮਚਵੇ ਸੀ ਦੇਖੋ ਖੂਬਸੂਰਤ ਤਿੜਕਦੇ ਹੋਏ ਤੇਲ ਦੇ ਵਿੱਚ ਮੱਛੀ ਕੁਝ ਰਹਿਣਾ ਅਸਾਂ ਛੋੜ ਦਿੱਤੇ ਸੀ ਇਤਨੀ ਜੇ ਤੁਸੀਂ ਨਾਰਮਲ ਬਾਹਰ ਰੱਖਣੀ ਹੈ ਬਿਲਕੁਲ ਝਗੜੇ ਨਹੀਂ ਬੁਲਾ ਰਹੇ ਆਪਣੇ ਬਾਹਰ ਦੇ ਜਾਂ ਤਾਂ ਮੱਛੀ ਜਿਹੜੀ ਰਹੇ ਉੱਥੋਂ ਕਨੂੰ ਤੁਹਾਡੀ ਸੜਵੇ ਸੀ ਅਤੇ ਅੰਦਰੋਂ ਕਨੂੰ ਤੁਹਾਡੀ ਕੱਚੀ ਰਹਿਵੇ ਸੀ ਮਾਸ਼ਾਅੱਲਾ ਬਿਲਕੁਲ ਅਸਾਂ ਆਪਣੇ 2 ਮਿੰਟ ਤਲੂ ਕਨੂੰ ਹੁਕੂ ਜਿਹੜਾ ਤਲਣੇ ਅਤੇ 2 ਮਿੰਟ ਉੱਤੋਂ ਕਨੂੰ ਹੁਕੂ ਤਲਣੇ ਅਤੇ ਆਪਣੇ ਜਿਹੜੇ ਪਾਏ ਮੋਹਤਰਾ ਮੈਨੂੰ ਹੁਣੇ ਕੋ ਪਲੇਟ ਦੇ ਵਿੱਚ ਪੇਸ਼ ਕਰ ਦੇਵਣੀ ਹੈ ਮੱਛੀ ਤੁਸਾਂ ਕਨੂੰ ਗੁਜ਼ਾਰਿਸ਼ ਹੈ ਬਲਾ ਵਾਲਾ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਕੋ ਲਾਈਕ ਅਤੇ ਸਬਸਕ੍ਰਾਈਬ ਲਾਜ਼ਮੀ ਕਰਾਏ ਅਤੇ ਆਪਣੀ ਸਰਾਇਕੀ ਜ਼ਬਾਨ ਹੈ ਜਿਹੜਾ ਹੁਕੂ ਪ੍ਰਮੋਟ ਕਰਾਏ ਮਾਸ਼ਾਅੱਲਾ ਇੱਥਾਂ ਮੱਛੀ ਜਿਹੜੀ ਸਾਡੀ ਫਰਾਈ ਥੀਂਦੀ ਖੜੀ ਹੈ ਅਤੇ ਦੇਖੋ ਹੁਣ ਕੀ ਹੋ ਜੇ ਮਿਸਾਲੇ ਨਮਕ ਮਿਰਚਾਂ ਕਿਉਂਕਿ ਗੋਸ਼ ਦਰਅਸਲ ਕੱਚਾ ਹੋਵੇ ਨਾ ਬੰਦਾ ਹੁਣ ਚੱਕ ਤਾਂ ਨਹੀਂ ਸਕਦਾ ਵੀ ਨਮਕ ਮਿਰਚਾਂ ਕਿਵੇਂ ਬੰਦਾ ਸਿੱਟਿੰਦਾ ਪਏ ਪਹਿਲੇ ਜਦੋਂ ਕੋਸ਼ਿਸ਼ ਕਰਾਵੇ ਜ਼ਰਾ ਥੋੜ੍ਹਾ ਸਟਾਏ ਨਮਕ ਮਿਰਚਾਂ ਬਾਅਦ ਵਿੱਚ ਕੋਈ ਕਮੀ ਪੇਸ਼ੀ ਹੋਵੇ ਤਾਂ ਬੰਦਾ ਬਾਅਦ ਵਿੱਚ ਵੀ ਸੱਟ ਸਕਦੇ ਠੀਕ ਹੈ ਇੱਥਾਂ ਕਰ ਮੈਂ ਹੁਣੇ ਕੋ ਜਿਹੜੇ ਛੜੇ ਦੀ ਖਣੀ ਆ ਤਾਂ ਕਿ ਉਹਦਾ ਜ਼ਿਆਦਾ ਜਿਹੜਾ ਤੇਲ ਹੈ ਉਹ ਤਾਂ ਲੂਣ ਨਿਪੜੀ ਜਾਵੇ ਅਤੇ ਟਿਸ਼ੂ ਪੇਪਰ ਦੇ ਉੱਤੇ ਰੱਖ ਦਿੱਤੇ ਮੈਂ ਹੁਣ ਮੈਂ ਵਹਿੰਦੀ ਪਿਆ ਆਪਣੇ ਪਾਏ ਮੋਹਤਰਮ ਕਨੇ ਉਹ ਚਖਾਵਣ ਅੱਲਾ ਹਾਫਿਜ਼ ਸਬਸਕ੍ਰਾਈਬ